रहे। सारे स्रोतियों न्यास सतकार सत श्रीकाल जी एन वाकते हैं सोते प्रोग्राम सब का स्वागत है अपडेट कैलिफोर्निया प्रोग्राम लिया हाजिर है हरजोत सिंह जी स्वागत है जी सताल ਸ਼ਸ਼ੀਕਾਲ ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤੇਓ ਅੱਜ April ਦੀ 16 ਤਰੀਕਾ ਦਿਨ ਮੰਗਲਵਾਰ ਆ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਈਆਂ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਟੇਰਕੀਨਾ ਇਮੀਗ੍ਰੇਸ਼ਨ ਲਾਫਰਮ ਯੂ ਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕਾਲ ਅਟਾਰਨੀ ਜੇ ਟੇਰਕੀਨਾ 415 909 0503 ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ ਪ੍ਰਿਤਪਾਲ ਸਿੰਘ ਸਿੱਧੂ ਫਰੇਜ਼ਨੋ ਸਰਬਜੀਤ ਸਿੰਘ ਟੂ ਨਿਊ ਜਰਸੀ ਹਰਿੰਦਰ ਪੀਨ ਸੈਨ ਹੋਜ਼ੇ ਮਨਜੀਤ ਸਿੰਘ ਫਰੀਮੌਂਟ ਸਰਬਜੀਤ ਸਿੰਘ ਕੁਲਵਿੰਦਰ ਕੌਰ ਟੂ ਸੁਰਜੀਤ ਚਾਹਲੂ ਯੂਬਸਿਟੀ ਗੁਰਦੇਵ ਸਿੰਘ ਸੋਹਲ ਐਂਟੀਲੋਪ ਸਰਵਜੀਤ ਸਿੰਘ ਐਲਕੋਨਵਾੜਾ ਕਮਲਜੀਤ ਸਿੰਘ ਮੱਖਣ ਦولتਪੁਰੀਆ ਮੰਟੀਕਾ ਇਹਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 76 98 ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਕਾਲਜ ਜੋ ਆ ਉਹ ਸਪੈਸ਼ਲੀ ਜੋ ਮਾਈਗ੍ਰੈਂਟ ਲੋਕਾਂ ਜਾਂ ਅਸਾਈਲੋ ਸeekers ਆ ਉਹਨਾਂ ਨੂੰ ਨਰਸਿੰਗ ਅਸਿਸਟੈਂਟ ਦੇ ਕੋਰਸਸ ਫ੍ਰੀ ਦੇ ਰਿਹਾ ਹੈਗਾ ਸੈਂਡiego ਦੇ ਵਿੱਚ ਸੀਜ਼ਰ ਸ਼ਾਹ ਵਿਜ਼ ਕੈਂਪਸ ਜੋ ਵਾਰੀਅਲ ਲੋਗਨ ਏਰੀਆ ਦੇ ਵਿੱਚ ਆ ਡਾਊਨਟਾਊਨ ਦੇ ਲੱਗ ਗਈ ਆ ਉੱਥੇ ਇਹ ਕੋਰਸਸ ਦਿੱਤੇ ਜਾਂਦੇ ਆ ਸੈਂਡiego ਕਾਲਜ ਆਫ ਕੰਟੀਨਿਊ ਐਜੂਕੇਸ਼ਨ ਵੱਲੋਂ ਕੈਨੀ ਪਾਰਕਰ ਪ੍ਰੋਫੈਸਰ ਨਰਸਿੰਗ ਡਿਪਾਰਟਮੈਂਟ ਦੇ ਆ ਉਹ ਕਹਿੰਦੇ ਵੀ ਬਹੁਤ ਸਾਰੇ ਲੋਕ ਮਾਈਗ੍ਰੈਂਟਸ ਆਂਦੇ ਆ ਅਸਾਈਲਮ ਸੀਕਰਸ ਆਂਦੇ ਜਿਨ੍ਹਾਂ ਚੋਂ ਕਈ ਡਾਕਟਰ ਵੀ ਹੁੰਦੇ ਆ ਜਿਹੜੇ ਮੈਡੀਕਲ ਫੀਲਡ ਦੇ ਵਿੱਚ ਆਪਣੇ ਮੁਲਕਾਂ 'ਚ ਪੜੇ ਹੋਏ ਹੁੰਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿੱਦਾਂ ਇੱਥੇ ਸਟਾਰਟ ਕਰਨਾ ਹੈਗਾ ਫॉर ਸਟਾਰਟ ਦੇ ਲਈ ਤੇ ਉਹ ਕਹਿੰਦੇ ਆ ਭਈ ਇਹ ਪ੍ਰੋਗਰਾਮ ਜਿਲ੍ਹਾ ਸ਼ੁਰੂ ਕੀਤਾ ਗਿਆ ਆ ਜਿਹਦੀ ਜਿਹੜੀ ਫੀਸ ਆ ਉਹ ਫ੍ਰੀ ਹੈਗੀ ਆ ਟੋਟਲੀ ਫ੍ਰੀ ਆ ਜਦ ਮਰਜ਼ੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਐਂਟਰ ਹੋਏ ਹੋ ਇਹਦੇ ਨਾਲ ਕੋਈ ਕ੍ਰੈਡਿਟਸ ਵਗੈਰਾ ਨਹੀਂ ਦਿੱਤੇ ਜਾਉਗੇ ਪਰ ਬਹੁਤ ਸਾਰੇ ਸਰਟੀਫਿਕੇਸ਼ਨ ਪ੍ਰੋਗਰਾਮ ਆ ਜਿਹਦੇ ਨਾਲ ਐਜ਼ ਅ ਨਰਸਿੰਗ ਅਸਿਸਟੈਂਟ ਤੁਹਾਨੂੰ ਜੋਬ ਮਿਲ ਜੂਗੇ ਫਿਰ ਹੌਲੀ ਹੌਲੀ ਜਿਹੜਾ ਆ ਤੁਸੀਂ ਅਪ ਜਿਹੜਾ ਜਾ ਸਕਦੇ ਹੈਗੇ ਆ ਕਹਿੰਦੇ ਭਈ 98% ਜਿਹੜੇ ਸਟੂਡੈਂਟਸ ਉੱਥੋਂ ਇਹ ਕੋਰਸਸ ਲੈਂਦੇ ਆ ਉਹ ਜਿਹੜਾ ਸਟੇਟ ਦਾ ਐਗਜ਼ਾਮ ਹੁੰਦਾ ਆ ਉਹ ਪਾਸ ਹੋ ਜਾਂਦੇ ਹੈਗੇ ਆ ਸੋ ਸਟੇਟ ਦਾ ਐਗਜ਼ਾਮ ਨੂੰ ਪਾਸ ਕਰਨ ਦੇ ਲਈ ਤਿਆਰੀ ਕਰਦੇ ਹੈਗੇ ਆ ਉਹ ਕਹਿੰਦੇ ਵੀ इवन ਮੇਰੇ ਕੋਲ ਇੱਕ ਸਟੂਡੈਂਟ ਨਰਸ ਪ੍ਰੈਕਟਿਸ਼ਨਰ ਸੀ ਤੇ ਉਹਨੂੰ ਵੀ ਮੈਂ ਕਲਾਸਿਸ ਲੈ ਕੇ ਇਹ ਕੋਰਸ ਦੇ ਵਿੱਚੋਂ ਪਾਸ ਹੋਣ ਦੀ ਜਿਹੜੀ ਹੈਲਪ ਕੀਤੀ ਹੈਗੀ ਆ ਨਰਸਿੰਗ ਅਸਿਸਟੈਂਟ ਪ੍ਰੋਗਰਾਮ ਫ੍ਰੀ ਆਫ ਚਾਰਜ ਫॉर ਮਾਈਗ੍ਰੈਂਟਸ ਤੇ ਅਸਾਈਲਮ ਸੀਕਰਸ ਜੀ ਅਗਲੀ ਗੱਲ ਕਰੀਏ ਕਾਰ ਜੈਕਿੰਗ ਸਸਪੈਕਟ ਜਿਹੜੇ ਕਿ ਦੋ ਫਲੋਰੀਡਾ ਦੀਆਂ ਕਿਲਿੰਗਸ ਦੇ ਨਾਲ ਜੁੜੇ ਹੋਏ ਆ OSM ਪਗੋੜੇ ਨੇ ਅਥਾਰਟिटीज ਕਹਿ ਰਹੀਆਂ ਹਨ ਉਹਨਾਂ ਨੂੰ ਆਰਮਡ ਤੇ ਡੇਂਜਰਸ ਜਿਹੜਾ ਆ ਉਹ ਮੰਨਿਆ ਜਾਵੇ ਸੈਮੀਨੋਲ ਕਾਉਂਟੀ ਸ਼ੈਰੀਫ ਆਫਿਸ ਨੇ ਜਿਹੜਾ ਦੱਸਿਆ ਵੀ ਇੱਕ ਟੋਅ ট্রাক ਡਰਾਈਵਰ ਦੀ ਸ਼ੂਟਿੰਗ ਡੈਥ ਦੇ ਵਿੱਚ ਤੇ ਜਿਹੜੀ ਡੈਡਲੀ ਕਾਰ ਜੈਕਿੰਗ ਹੋਈ ਸੀ ਉਸ ਦੇ ਨਾਲ ਇਹ ਘਟਨਾ ਜਿਹੜੀ ਜੁੜੀ ਆ April 10 April ਦਾ ਇਹ ਹੈਗੀ ਆ ਮੌਤ ਹੋਈ ਸੀ orange ਕਾਉਂਟੀ ਦੇ ਵਿੱਚ ਟੋਅ ট্রাক ਡਰਾਈਵਰ ਦੀ ਤੇ ਇਸ ਤੋਂ ਬਾਅਦ ਦੇ ਵਿੱਚ ਸੈਮੀਨੋਲ ਕਾਉਂਟੀ ਦੇ ਵਿੱਚ ਇੱਕ ਔਰtz ਦਾ ਜਿਹੜਾ ਕਤਲ ਹੋਇਆ ਸੀ 2002 ਗ੍ਰੀਨ ਐਕੁਆਰਦੀ ਆ ਕਹਿੰਦੇ ਵੀ ਤਿੰਨਾਂ ਦੇ ਵਿੱਚੋਂ ਇੱਕ ਜਣਾ ਸਟੇਟ ਦੇ ਵਿੱਚੋਂ ਸੀ 2002 ਦਾ ਜਿਹੜੇ ਇਹ ਮਾਮਲਿਆਂ ਦੇ ਵਿੱਚ ਸੋ ਬੁਲੇਟ ਜਿਹੜੀਆਂ ਯੂਜ਼ ਹੋਈਆਂ ਸੀ ਸ਼ੂਟਿੰਗ ਦੇ ਵਿੱਚ 10 ਮਿਲੀਮੀਟਰ ਰਾਉਂਡ ਦੀਆਂ ਆ ਕਹਿੰਦੇ ਵੀ ਇਹ ਬੜੀਆਂ ਅਨਕਾਮਨ ਸੀਗੀਆਂ ਇਸ ਇਲਾਕੇ ਦੇ ਵਿੱਚ ਤੇ ਹੋਰ ਕਈ ਕੇਸਾਂ ਨੂੰ ਇਸ ਨੇ ਆਪਸ ਦੇ ਵਿੱਚ ਜੋੜਿਆ ਆ ਸੈਮੀਨੋਲ ਕਾਉਂਟੀ ਦੇ ਸ਼ੈਰਿਫ ਨੇ ਹੁਣ ਅਨਾਉਂਸ ਕੀਤਾ ਆ ਆਬ ਇਹ ਕਨੈਕਸ਼ਨ ਸੀਗਾ ਇਹਨਾਂ ਸ਼ੂਟਿੰਗਸ ਦੇ ਵਿੱਚ ਤੇ ਡਿਪਾਰਟਮੈਂਟ ਹੁਣ ਔਰੇਂਜ ਕਾਉਂਟੀ ਦੇ ਨਾਲ ਮਿਲ ਕੇ ਇਹਨਾਂ ਕ੍ਰਾਈਮਸ ਨੂੰ ਜਿਹੜਾ ਹੋ ਸਾਲਵ ਕਰਨ ਦੀ ਕੋਸ਼ਿਸ਼ ਜਿਹੜੀ ਆ ਹੋ ਕਰ ਰਿਹਾ ਹੈਗਾ ਸੋ ਇਹ ਹੀ ਹੁਣ ਮੰਨਿਆ ਜਾ ਰਿਹਾ ਹੈਗਾ ਆ ਵੀ ਜਿਨ੍ਹਾਂ ਨੇ ਇਹ ਕਾਰ ਜੈਕਿੰਗ ਕੀਤੀ ਆ ਉਹੀ ਫਲੋਰੀਡਾ ਦੀਆਂ ਕਿਲਿੰਗਸ ਦੇ ਨਾਲ ਜੁੜੇ ਹੋਏ ਆ ਤੇ ਇਸ ਟਾਈਮ ਪਘੋੜੇ ਆ ਲੱਭਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਟੋਰ ਟਰੱਕ ਡਰਾਈਵਰ ਦੇ ਉੱਤੇ ਤਾਂ ਕਿੰਨੇ 100 ਤੋਂ ਵੱਧ ਗੋਲੀਆਂ ਜਿਹੜੀਆਂ ਆ ਉਹੋ ਚਲਾਈਆਂ ਗਈਆਂ ਜਿੰਨਾ ਚੋ 10 ਮਿਲੀਮੀਟਰ ਦੇ ਰਾਉਂਡ ਸੀਗੇ ਤੇ ਉਹਦੇ ਨਾਲ ਹੀ ਇਹ ਸਾਰਾ ਤਾਣਾ ਜਿਹੜਾ ਆ ਉਹ ਤਾਰਾਂ ਜਿਹੜੀਆਂ ਉਹ ਜੁੜੀਆਂ ਆ ਸੋ ਉਸ ਤੋਂ ਬਾਅਦ ਦੇ ਵਿੱਚ ਕਾਰ ਜੈਕਿੰਗ ਵਿਕਟਮ ਜਿਹੜੀ ਗ੍ਰੀਨ ਐਕਵਰਾ ਹਲੀ ਸੀਗੀ ਉਹ 31 ਸਾਲਾਂ ਦੀ ਕੈਥਰੀਨ ਐਲਟਾ ਗਾਰਸੀਆ ਦੱਸੀ ਜਿਹੜੀ ਉਹ ਜਾ ਰਹੀ ਸੀ ਆ ਹੋਮਸਟੈਡਸ ਦੇ ਵਿੱਚ ਉਹ ਰਹਿੰਦੀ ਸੀ ਸਦਰਨ ਫਲੋਰੀਡਾ ਦੇ ਵਿੱਚ ਸੋ ਉਸ ਨੂੰ ਵੀ ਗਨ ਪੁਆਇੰਟ ਦੇ ਉੱਤੇ ਜਿਹੜਾ ਆ ਉਹ ਉਸ ਦੀ ਗੱਡੀ ਜਿਹੜੀ ਉਹ ਲੈ ਲਈ ਗਈ ਸੀਗੀ ਅਤੇ ਲੀਮਾ ਜਿਹੜਾ ਇਹ ਮੰਨਦੇ ਨੇ ਜਿਹੜੇ ਪੁਲਿਸ ਦੇ ਅਧਿਕਾਰੀ ਆ ਵੀ ਇਹ ਕੋਈ ਰੈਂਡਮ ਐਕਟ ਆਫ ਵਾਇਲੈਂਸ ਨਹੀਂ ਆ ਇਹ ਕਿਤੇ ਨਾ ਕਿਤੇ ਟਾਰਗੇਟਡ ਤੇ ਫਾਲੋ ਜਿਹੜਾ ਆ ਉਸ ਨੂੰ ਕੀਤਾ ਗਿਆ ਸੀ ਅਗਲੀ ਖਬਰ ਵੱਲ ਚਲੀਏ ਅੱਜ ਕੈਲੀਫੋਰਨੀਆ ਦੇ ਵਿੱਚ ਇੱਕ ਸਿੰਗਲ ਇੰਜਨ ਜਿਹੜਾ ਜਹਾਜ਼ ਆ ਉਹ ਕ੍ਰੈਸ਼ ਹੋਇਆ ਤੇ ਉਹਦਾ ਜਿਹੜਾ ਪਾਇਲਟ ਤੇ ਇੱਕ ਉਹਦਾ ਜਿਹੜਾ ਡੌਗ ਸੀ ਉਹ ਸਰਵਾਈਵ ਕਰ ਗਿਆ ਹੈਗੇ ਆ ਦਾ ਪਾਈਪਰ ਪੀਏ 32 ਸਿੰਗਲ ਇੰਜਨ ਪਲੇਨ ਇਹ ਕੋਸਟ ਜੋ ਕਿ 트럼ਪਸ ਐਲਏ ਗੋਲਫ ਕਲੱਬ ਹੈਗਾ ਰੈਂਚੋਸ ਪਾਲੋਸ ਵਰਡੇ ਦੇ ਵਿੱਚ ਉਹਦੇ ਲਾਗੇ ਕ੍ਰੈਸ਼ ਹੋਇਆ ਸੀ ਤੇ 911 ਕਾਲ ਉਸ ਨੂੰ ਜਦੋਂ ਗਈ ਇਹ ਸੰਡੇ ਹੋਇਆ ਸੀ ਸੌਰੀ ਤੇ 911 ਕਾਲ ਜਦੋਂ ਪੁਲਿਸ ਨੂੰ ਗਈ ਤੇ ਉਹਨਾਂ ਨੇ ਸਰਚ ਜੋ ਰੈਸਕਿਊ ਟੀਮ ਆ ਉਹਨਾਂ ਨੇ ਸਰਚ ਕਰਨਾ ਸ਼ੁਰੂ ਕੀਤਾ ਲਾਸ ਐਂਜਲਸ ਦੀ ਕਾਉਂਟੀ ਸ਼ੈਰਫ ਡਿਪਾਰਟਮੈਂਟ ਨੇ ਤੇ ਡਿਪਾਰਟਮੈਂਟ ਨੇ ਜੋ 에어 ਰੈਸਕਿਊ ਟੀਮ ਨੂੰ ਜੋ ਆ ਡਿਸਪੈਚ ਕੀਤਾ ਜਿੱਥੇ ਕ੍ਰੈਸ਼ ਹੋਇਆ ਸੀ ਉਸ ਤੋਂ ਬਾਅਦ ਪਤਾ ਚੱਲਿਆ ਕਿ ਲੱਗ ਗਈ ਜਿਹੜਾ ਉਸ ਪਲੇਨ ਨੂੰ ਚਲਾਉਣ ਵਾਲਾ ਪਾਇਲਟ ਤੇ ਉਹਦਾ ਜਿਹੜਾ ਕੁੱਤਾ ਆ ਉਹ ਹੋ ਸਵੈਮ ਕਰਕੇ ਇੱਕ ਜੋ ਸ਼ੋਰ ਆ ਉਹਦੇ ਤੇ ਪਹੁੰਚ ਗਏ ਉਹਨਾਂ ਦੀ ਥੋੜੀ ਜੀਆਂ ਸੱਟਾਂ ਲੱਗੀਆਂ ਉਹਨਾਂ ਨੂੰ ਬਾਅਦ ਦੇ ਵਿੱਚ ਟ੍ਰੀਟ ਕੀਤਾ ਗਿਆ ਤੇ ਘਰ ਭੇਜ ਦਿੱਤਾ ਗਿਆ ਜੀ ਅਗਲੀ ਗੱਲ ਕਰਦੇ ਜਾਈਏ ਤਾਂ ਅੱਜ ਫਿਰ ਇਕਰੀ ਪੈਲੇਸਟਾਈਨ ਦੇ ਹੱਕ ਦੇ ਵਿੱਚ ਤੇ ਇਜ਼ਰਾਈਲ ਦੇ ਉਲਟ ਕਈ ਥਾਵਾਂ ਦੇ ਉੱਤੇ ਰੋਸ ਪ੍ਰਦਰਸ਼ਨ ਦੇਖੇ ਗਏ ਇਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਆ ਉਹਨਾਂ ਨੂੰ ਵੀ ਰੋਕਿਆ ਗਿਆ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਹੁਣ ਚੇਤਾਵਨੀ ਦਿੱਤੀ ਆ ਐਂਟੀ ਇਜ਼ਰਾਈਲ ਐਜੀਟੇਟਰਸ ਨੂੰ ਵੀ ਜਿਹੜੇ ਤੁਸੀਂ ਟੈਕਟਿਕਸ ਵਰਤ ਰਹੇ ਆ ਅਨਲੌਫਲ ਉਹ ਅਸੀਂ ਬਿਲਕੁਲ ਵੀ ਜਿਹੜਾ ਆ ਉਹ ਹਜਮ ਨਹੀਂ ਕਰਾਂਗੇ ਤੇ ਤੁਹਾਨੂੰ ਤੁਰੰਤ ਅ ਇਸ ਤੇ ਵਿੱਚ ਹਿਰਾਸਤ ਚ ਲੈ ਲਿਆ ਜਾਵੇਗਾ 골ਡਨ 게이트 브릿지 ਦੇ ਨਾਲ ਨਾਲ 880 오클랜드 ਦੇ ਵਿੱਚ ਇਹਨਾਂ ਨੇ ਕੱਲ ਵੀ ਜਿਹੜੇ ਰੋਸ ਪ੍ਰਦਰਸ਼ਨ ਕਿਤੇ ਸੀ CHP ਦੀ ਜਿਹੜੀ 골ਡਨ 게이트 ਡਿਵੀਜ਼ਨ ਆ ਉਹਨਾਂ ਨੇ 38 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਡੈਮੋਨਸਟ੍ਰੇਟਰਸ ਦੇ ਦੁਆਰਾ ਜਿਹੜੇ ਬੈਨਰ ਲੈ ਕੇ ਲਿਆਂਦੇ ਗਏ ਸੀ ਸਟਾਪ ਦਾ ਵਰਲਡ ਫਾਰ ਗਾਜ਼ਾ ਤੇ ਇਸ ਦੇ ਨਾਲ ਨਾਲ ਉਹਨਾਂ ਨੇ 55 ਗੈਲਨ ਵਾਲੇ ਜਿਹੜੇ ਡਰਮ ਆ ਆਪਣਾ ਹੱਥ ਜਿਹੜਾ ਆ ਉਹ ਵੱਡੇ ਪਾਈਪ ਦੇ ਵਿੱਚ ਪਾ ਕੇ ਉਤੋਂ ਦੀ ਕੰਕਰੀਟ ਸੀਮੈਂਟ ਦੇ ਨਾਲ ਜਿਹੜੇ ਉਹ ਭਰੇ ਸੀ ਬਾਅਦ ਦੇ ਵਿੱਚ ਫਾਇਰ ਵਾਲਿਆਂ ਨੂੰ ਤੇ ਉਹਨਾਂ ਨੂੰ ਬੜੇ ਔਖਿਆਂ ਉਸ ਦੇ ਵਿੱਚੋਂ ਜਿਹੜਾ ਉਹ ਕੱਢਣਾ ਪਿਆ ਸੋ ਕਹਿੰਦੇ ਵੀ ਕਾਫੀ ਟਾਈਮ ਵੀ ਉਸ ਕਰਕੇ ਲੱਗ ਗਿਆ ਤੇ ਇਵੈਂਚੁਅਲੀ ਜਿਹੜੇ ਉਹ ਕੱਢੇ ਗਏ ਤੇ ਫਿਰ ਕਈਆਂ ਨੂੰ ਉੱਥੇ ਗ੍ਰਿਫਤਾਰ ਵੀ ਜਿਹੜਾ ਹੋ ਕੀਤਾ ਗਿਆ ਸੀਐਚਪੀ ਨੇ ਅੱਜ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਕਿਸੇ ਵੀ ਕੋਸ਼ਿਸ਼ ਅ ਅਟੈਂਪਟ ਕਰਨੀ ਬਲਾਕ ਕਰਨਾ ਜਾਂ ਸ਼ਟਡਾਊਨ ਕਰਨਾ ਫਰੀਵੇ ਨੂੰ ਸਟੇਟ ਹਾਈਵੇ ਨੂੰ ਉਹ ਅਨਲਾਫੁਲਾ ਡੇਂਜਰਸ ਆ ਤੇ ਦੂਜੇ ਜਿਹੜੇ ਮੋਟਰਸਟ ਦੇ ਲਈ ਵੀ ਖਤਰਾ ਜਿਹੜਾ ਉਹ ਬਣਦਾ ਆ ਵੀ ਉਹ ਸੁਰੱਖਿਅਤ ਆਪਣੇ ਟਿਕਾਣਿਆਂ ਦੇ ਉੱਤੇ ਪਹੁੰਚਣ ਪਹੁੰਚ ਸਕਣ A15 ਐਕਸ਼ਨ ਗਰੁੱਪ 1 ਹੈਗਾ ਐਕਟੀਵਿਸਟ ਗਰੁੱਪ ਆ ਇਹ ਡੈਮੋਨਸਟ੍ਰੇਸ਼ਨਸ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਆ ਇਹਨਾਂ ਨੇ ਯੂਐਸ ਦੇ ਵਿੱਚ ਹੋਰ ਕਈ ਥਾਵਾਂ ਦੇ ਉੱਤੇ ਵੀ ਕੱਲ ਜਿਹੜੇ ਆ ਪ੍ਰਦਰਸ਼ਨ ਕਿਤੇ ਸੀ ਪਰ ਉਹਨਾਂ ਨੇ ਕਿਸੇ ਦੇ ਨਾਲ ਵੀ ਅਜੇ ਨਿਊਜ਼ ਵਾਲਿਆਂ ਦੇ ਨਾਲ ਗੱਲਬਾਤ ਨਹੀਂ ਕੀਤੀ ਹੈਗੀ ਸੋ ਪ੍ਰੋਟੈਸਟਰਸ ਨੇ ਕਹਿੰਦੇ ਵੀ ਇਕਨੋਮਿਕ ਬਲਾਕੇਡਸ ਓਵਰਆਲ 50 ਸਿਟੀਜ਼ ਦੇ ਵਿੱਚ ਪੂਰੀ ਦੁਨੀਆ ਭਰ ਦੇ ਵਿੱਚ ਗਾਜ਼ਾ ਦੇ ਪ੍ਰਤੀ ਪੈਲੇਸਟਾਈਨ ਲੋਕਾਂ ਦੇ ਹੱਕ ਦੇ ਵਿੱਚ ਕਿਤੇ ਆ ਪਾਲੇਸਟੀਨੀਆਂ ਦੀ ਗੱਲ ਕਰਦੇ ਜਾਈਏ ਤੇ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਨੇ ਇੱਕ ਮੁਸਲਮ ਵੈਲਡਿਕਟੋਰੀਅਨ ਨੇ ਸਪੀਚ ਦੇਣਾ ਸੀ ਕਮੈਂਸਮੈਂਟ ਤੇ ਉਹ ਸਪੀਚ ਨੂੰ ਕੈਨਸਲ ਕਰ ਦਿੱਤਾ ਕਿ ਜੀ ਇਹ ਉੱਥੇ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਹੋ ਜਾ ਸਕਦਾ ਹੈਗਾ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੀ 2024 ਦੀ ਵੈਲਡਿਕਟੋਰੀਅਨ ਆਸਨਾ ਤਵਸਮ ਪਾਲਸਟਿਨੀਆਂ ਮੂਲ ਦੀ ਆ ਉਸਨੇ ਵੈਲਡਿਕਟੋਰੀਅਨ ਸਪੀਚ ਦੇਣਾ ਸੀ ਤੇ ਉਹ ਸਪੀਚ ਕੈਨਸਲ ਕਰ ਦਿੱਤਾ ਗਿਆ ਤੇ ਉਸ ਨੂੰ ਇੱਕ ਜਗਾ ਦੇ ਉੱਤੇ ਜਿਹੜਾ ਆ ਉਹ ਵੈਲਡਿਕਟੋਰੀਅਨ ਦਾ ਜੋ ਅਵਾਰਡ ਆ ਉਹ ਦੇ ਦਿੱਤਾ ਗਿਆ ਪਰ ਉਹਦੇ ਸਬੰਧ ਦੇ ਵਿੱਚ ਉਸਨੇ ਕਿਹਾ ਵੀ ਮੇਰਾ ਇੱਕ ਐਨ ਆਨਰ ਆਫ ਲਾਈਫਟਾਈਮ ਸੀਗਾ ਮੇਰੀ ਰਿਪੋਰਟ ਕਾਰਡ ਦੇ ਮੁਤਾਬਕ ਤੇ ਮੈਂ ਬਹੁਤ ਹਾਰਡ ਵਰਕ ਕੀਤਾ ਸੀ ਤੇ ਮੈਂ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੀ ਸੀ ਵੀ ਕੀ ਕੁਝ ਬੱਪ ਰਿਹਾ ਹੈਗਾ ਪਰ ਪਿਛਲੇ ਕਈ ਦਿਨਾਂ ਤੋਂ ਇਹ ਸਾਰਾ ਕੁਝ ਜਿਹੜੀ ਟੈਨਸ਼ਨ ਉੱਤੇ ਬਣੀ ਹੋਈ ਸੀ ਕੇਅਰ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਨੇ ਕਿਹਾ ਵੀ 8000 ਤੋਂ ਵੱਧ ਕੰਪਲੇਨ ਐਂਟੀ ਮੁਸਲਮ ਵਾਇਸ ਦੀਆਂ 2023 ਚ ਆਈਆਂ ਜੋ ਕਿ 56% ਇਨਕਰੀਜ਼ ਹੋਇਆ ਹੈਗਾ ਪਿਛਲੇ ਸਾਲ ਮਿਦਲਿਸ ਦੇ ਵਿੱਚ ਟੈਨਸ਼ਨ ਇਸ ਟਾਈਮ ਬਹੁਤ ਚੱਲ ਰਹੀ ਆ ਡੈਡਲੀ ਵਾਰ ਆ ਗਾਜ਼ਾ ਦੇ ਵਿੱਚ ਇਜ਼ਰਾਈਲ ਤੇ ਹਮਾਸ ਦੇ ਐਡਵੋਕੇਟ ਆਨਲਾਈਨ ਸਟ੍ਰੀਟਸ ਦੇ ਉੱਤੇ ਸਾਰੇ ਪਾਸੇ ਪ੍ਰੋਟੈਸਟ ਕਰ ਰਹੇ ਆ ਉਹ ਤੁਸੀਂ ਦੇਖੇ ਰਹੇ ਹੈਗੇ ਆ ਸੋ ਇਹ ਇਹ ਜਿਹੜੀ ਲੜਕੀ ਆ ਬੜੀ ਸ਼ਾਰਪ ਲੜਕੀ ਸੀ ਇਹ ਹਾਈ ਸਕੂਲ ਦੇ ਵਿੱਚ ਵੀ ਵੈਲਡਿਕਟੋਰੀਅਨ ਹੋਈ ਸੀ ਪਰ ਉਦੋਂ ਕਹਿੰਦੇ ਕਰੋਨਾ ਵਾਇਰਸ ਸੀ ਉਹ ਕਰੋਨਾ ਕਰਕੇ ਉਹਦਾ ਜਿਹੜਾ ਵੈਲਡਿਕਟੋਰੀਅਨ ਮਿਸ ਹੋਇਆ ਹੈਗਾ ਆ ਸੋ ਇਹ ਜੋ ਸਾਰਾ ਕੁਝ ਹੈ ਯੂਐਸਸੀ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਉੱਥੇ ਵਾਪਰਿਆ ਜੀ ਅਗਲੀ ਖਬਰਤੇ ਨਜ਼ਰ ਮਾਰਦੇ ਜਾਈਏ ਤਾਂ ਇੱਕ ਮਾੜੀ ਖਬਰ ਆ ਰਹੀ ਹੈ ਮੌਸ ਲੈਂਡਿੰਗ ਕੈਲੀਫੋਰਨੀਆ ਤੋਂ ਜਿੱਥੇ ਸੀਐਚਪੀ ਦੱਸ ਰਿਹਾ ਵੀ ਇੱਕ ਡੈਡਲੀ ਕ੍ਰੈਸ਼ ਨੂੰ ਇਨਵੈਸਟੀਗੇਟ ਕਰ ਰਿਹਾ ਆ ਰਾਤੀ ਪੌਣੀ ਇੱਕ 11 ਵਜੇ 10:53 ਮਿੰਟ ਦੇ ਉੱਤੇ ਇੱਕ ਔਰਤ ਕਹਿੰਦੇ ਹਾਈਵੇ 1 ਦੇ ਉੱਤੇ ਸਾਊਥ ਬਾਉਂਡ ਲੇਨ ਦੇ ਉੱਤੇ ਵਾਕ ਕਰ ਰਹੀ ਸੀ ਜਦ ਕੀ ਉਧਰੋਂ ਇੱਕ ਨੀਲੇ ਰੰਗ ਦੀ ਹੰਡਾਈ ਗੱਡੀ ਚਲਾਉਂਦਾ ਆ ਰਿਹਾ 42 ਸਾਲਾਂ ਦਾ ਜਿਹੜਾ ਡਰਾਈਵਰ ਆ ਉਸ ਦੇ ਵਿੱਚ ਉਸਨੇ ਆਪਣੀ ਗੱਡੀ ਜਿਹੜੀ ਹਮਾਰੀ ਟੱਕਰ ਮਾਰੀ ਤੇ ਉਹ ਪੈਡੈਸਟਰিয়ান ਨੂੰ ਉਸਨੇ ਹਿੱਟ ਕੀਤਾ ਤੇ ਕਹਿੰਦੇ ਵੀ ਉਹ ਡਿੱਗ ਪਈ ਤੇ ਉਹ ਇੰਜਰੀਜ਼ ਉਹਦੀਆਂ ਹੋਈਆਂ ਤੇ ਮੌਕੇ ਤੇ ਹੀ ਬਾਤ ਦੇ ਵਿੱਚ ਉਸਦੀ ਮਾਤ ਹੋ ਗਈ ਅਗਵਾਡਾ ਲੂਪੇ ਚਾਵੇਜ਼ 41 ਸਾਲਾਂ ਦੀ ਕੈਸਟਰੋ ਵੈਲੀ ਦੀ ਰਹਿਣ ਵਾਲੀ ਬਾਤ ਦੇ ਵਿੱਚ ਇਸ ਬੀਬੀ ਦੀ شناخت ਕੀਤੀ ਗਈਆ ਸੀਐਚਪੀ ਨੇ ਕਿੰਨੇ ਵੀ ਡਰਾਈਵਰ ਜਿਹੜਾ ਹੰਡਾਈ ਦਾ ਆ ਉਸ ਦੇ ਨਾਲ ਗੱਲਬਾਤ ਕੀਤੀ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜੀ ਅਗਲੀ ਖਬਰ ਵੱ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਕਾਫੀ ਜਿਆਦੇ ਜਿਹੜੇ ਰੈਸਟੋਰੈਂਟਸ ਤੇ ਬਿਜ਼ਨੈਸਸ ਉਹ ਬੰਦ ਹੋ ਗਏ ਆ ਜਾਂ ਬੰਦ ਹੋਣ ਜਾ ਰਹੇ ਹੈਗੇ ਆ ਇਸ ਸਾਲ ਦੇ ਵਿੱਚ ਬੋਸਟਨ ਮਾਰਕੀਟ ਕਹਿੰਦੇ ਵੀ ਆਊਟ ਆਫ ਬਿਜ਼ਨਸ ਹੋ ਜੂਗੀ ਐਂਡ ਆਫ 2024 ਦੇ ਵਿੱਚ ਇੱਕ ਟਾਈਮ ਦੇ ਉੱਤੇ ਬੋਸਟਨ ਮਾਰਕੀਟ ਦੇ 300 ਲੋਕੇਸ਼ਨ ਸੀਗੀਆਂ ਪੂਰੇ ਯੂ ਐਸ ਏ ਦੇ ਵਿੱਚ ਇਸ ਟਾਈਮ ਇਹਨਾਂ ਦੀਆਂ 30 ਲੋਕੇਸ਼ਨਾਂ ਰਹਿ ਗਈਆਂ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਬੈਂਕਰਫਸੀ ਫਾਈਲ ਕੀਤੀ ਸੀ ਹੋਰ ਨੌ ਬੜੇ ਬ੍ਰਾਂਡਸ ਦੇ ਜਿਹੜੇ ਸਟੋਰ ਆ ਉਹ ਕੈਲੀਫੋਰਨੀਆ ਚ ਕਲੋਜ਼ ਵੀ ਹੋਏ ਆ 2024 ਜਿਨਾਂ ਚ ਰਾਈਟੇਡ ਹੈਗਾ ਆ ਇਹਨਾਂ ਦੀਆਂ 22 ਦੇ ਕਰੀਬ ਜਿਹੜੀਆਂ ਆ ਲੋਕੇਸ਼ਨਸ ਆ ਉਹ ਗੋਲਡਨ ਸਟੇਟ ਚ ਬੰਦ ਹੋਣ ਜਾ ਰਹੀਆਂ ਸੀਵੀਐਸ ਦੀਆਂ ਵੀ ਜਿਹੜੀਆਂ ਬਹੁਤ ਸਾਰੀਆਂ ਲੋਕੇਸ਼ਨਸ ਆ ਉਹ ਘੱਟੋ ਘੱਟ 25 ਦੇ ਕਰੀਬ ਕਹਿੰਦੇ ਬੰਦ ਹੋਣ ਜਾ ਰਹੀਆਂ ਡੈਨਿਸ ਰੈਸਟੋਰੈਂਟ ਪਿਛਲੇ ਦਿਨਾਂ ਚ ਆਪਾਂ ਅਨਾਉਂਸ ਕੀਤਾ ਸੀ ਓਕਲੈਂਡ ਦੇ ਵਿੱਚ ਬੰਦ ਹੋਇਆ ਹੈਗਾ ਤੇ ਕਹਿੰਦੇ ਭਈ ਉਹ ਐਮਰੀਵੈਲ ਜਾਂ ਹੈਵਰਡ ਦੇ ਵਿੱਚ ਖੁੱਲੇ ਰਹਿਊਗੇ ਇਨ ਐਂਡ ਆਊਟ ਵੀ ਓਕਲੈਂਡ ਦੇ ਵਿੱਚ ਬੰਦ ਹੋ ਗਿਆ 18 ਸਾਲਾਂ ਬਾਅਦ ਮੈਸੀਜ਼ ਦੇ ਜਿਹੜੇ ਸਟੋਰ ਆ ਕੈਲੀਫੋਰਨੀਆ ਦੇ ਵਿੱਚ 90 ਦੇ ਕਰੀਬ ਹੈਗੇ ਆ ਤੇ ਇਹਨਾਂ ਚੋਂ ਵੀ ਜਿਹੜੇ ਕਾਫੀ ਸਟੋਰ ਆ ਉਹੋ ਬੰਦ ਹੋਣ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਸੇਨ ਲੇ ਅੰਡਰੋ ਆ ਸਿਮੀ ਵੈਲੀ ਹੈਗੀ ਆ Walmart ਨੇ ਵੀ ਇਹ ਕਿਹਾ ਵੀ ਜਿਹੜੇ ਸਟੋਰਾਂ ਅੰਡਰ ਪਰਫਾਰਮਿੰਗ ਸਟੋਰ ਆ ਉਹੋ ਬੰਦ ਕਰਨ ਜਾ ਰਹੇ ਆ ਜਿਨ੍ਹਾਂ ਦੇ ਵਿੱਚੋਂ ਸੈਨ ਡੀਗੋ ਤੇ ਐਲਕਹੋਨ ਦੀਆਂ ਜਿਹੜੀਆਂ ਲੋਕੇਸ਼ਨਸ ਹੈਗੀਆਂ Walgreen ਨੇ ਵੀ ਰਿਪੋਰਟ ਕੀਤਾ ਆ ਵੀ ਉਹ 150 ਦੇ ਕਰੀਬ ਅੰਡਰ ਪਰਫਾਰਮਿੰਗ ਸਟੋਰਸ ਅਗਸਤ 2024 ਤੱਕ ਜੋ ਬੰਦ ਕਰਨ ਜਾ ਰਹੇ ਹੈਗੇ ਆ ਇਲੋਨਾਈਸ ਵੇਸਟ ਫਾਰਮੇਸੀ ਚੇਨ ਇਹਨਾਂ ਨੇ ਚੁੱਪਚਾਪ ਸਟੋਰ ਬੰਦ ਕਰਨੇ ਸ਼ੁਰੂ ਕੀਤੇ ਸੀ ਜਿਨ੍ਹਾਂ ਚੋਂ ਇੱਕ ਸੈਨ ਫਰਾਂਸਿਸਕੋ ਦੇ ਵਿੱਚ ਵੀ ਜਿਹੜਾ ਸਟੋਰ ਹੈਗਾ ਬੈਂਕ ਆਫ ਅਮਰੀਕਾ ਨੇ ਵੀ ਕਾਫੀ ਕੱਟ ਕੀਤਾ ਹੈਗਾ 110 ਦੇ ਕਰੀਬ ਜਣੀਆਂ ਬ੍ਰਾਂਚੇਜ਼ ਇਹਨਾਂ ਦੀਆਂ 2023 ਚ ਰਹਿ ਗਈਆਂ ਆ ਕੱਟ ਕਰਕੇ ਤੇ 2024 ਚ ਹੋਰ ਵੀ ਜਣੀਆਂ ਘਟ ਹੋਣਗੀਆਂ ਜਿਹਦੇ ਵਿੱਚੋਂ 9 ਲੋਕੇਸ਼ਨਾਂ ਕੈਲੀਫੋਰਨੀਆ ਦੇ ਵਿੱਚ ਹੈਗੀਆਂ ਅਲਵਰਟਸਨ ਕ੍ਰੋਗਨ ਕਰੋਗਰ ਜਿਹੜੇ ਸਟੋਰ ਹੈਗੇ ਆਈਡਾ ਉਹ 베ਸਟ ਇਹਨਾਂ ਨੇ ਵੀ ਜੜੀਆਂ ਕਾਫੀ ਲੋਕੇਸ਼ਨਾਂ ਬੰਦ ਕੀਤੀਆਂ ਆ 68 ਦੇ ਕਰੀਬਸ ਕੈਲੀਫੋਰਨੀਆ ਦੇ ਵਿੱਚ ਇਹਨਾਂ ਦੇ ਸਟੋਰ ਸੀਗੇ ਉਹ ਬੰਦ ਹੋਏ ਹੈਗੇ ਆ ਸੋ ਕਾਫੀ ਜਿਆਦਾ ਜਿਹੜੇ ਰੀਟੇਲ ਤੇ ਜੋ ਸਟੋਰ ਆ ਉਹ ਬੰਦ ਹੋ ਰਹਾ ਹੈ ਜੀ ਬਿਲਕੁਲ ਅਗਲੀ ਜਿਹੜੀ ਖਬਰ ਕਰਦੇ ਜਾਈਏ ਐਲ ਗਰੋਵ ਦਾ ਇੱਕ ਸਾਬਕਾ EMPLOYE SCHOOL ਡਿਸਟ੍ਰਿਕਟ ਦਾ ਉਸਨੂੰ ਗ੍ਰਫਤਾਰ ਕੀਤਾ ਗਿਆ ਹੈ ਇੱਕ ਮਾਈਨਰ ਛੋਟੀ ਉਮਰ ਦੇ ਬੱਚੇ ਦੇ ਨਾਲ ਕਹਿੰਦੇ ਵੀ ਟੱਚਿੰਗ ਤੇ ਕਮਿਊਨੀਕੇਟ ਕਰਨ ਦੇ ਸੁੱਤੇ ਦੋਸ਼ ਲੱਗਿਆ ਹੈਲਨ ਕਾਰਕੈਸਟੈਲੋ ਐਲੀਮੈਂਟਰੀ ਸਕੂਲ ਦੇ ਵਿੱਚ ਕੰਮ ਕਰਦਾ ਸਾਬਕਾ ਡੇਵਿਡ ਮਾਰਟਿਨਸ ਉਸਨੂੰ ਗ੍ਰਫਤਾਰ ਕੀਤਾ ਗਿਆ ਹੈ ਇਸ ਨੇ ਆਫਟਰ ਸਕੂਲ ਪ੍ਰੋਗਰਾਮ ਜਿਹੜਾ ਫ੍ਰੈਂਕਲਿਨ ਐਲੀਮੈਂਟਰੀ ਸਕੂਲ ਆ ਉਥੇ ਵੀ ਕੰਮ ਕੀਤਾ ਸੀ 11 ਸਾਲਾਂ ਦੇ ਬੱਚੇ ਦੇ ਨਾਲ ਕਹਿੰਦੇ ਇਨ ਇਨਪ੍ਰੋਪਰੀਏਟ ਲੀ ਟੱਚਿੰਗ ਤੇ ਕਮਿਊਨੀਕੇਸ਼ਨ ਜਿਹੜੀ ਉਹ ਕੀਤੀ ਆ 49 ਸਾਲਾ ਜਿਹੜੇ ਆ ਡੇਵਿਡ ਮਾਰਟਿਨਸ ਉਸ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਰੱਖਿਆ ਗਿਆ ਸੀ ਜਦੋਂ ਇੱਕ ਸਟੂਡੈਂਟ ਨੇ ਇਸ ਤੇ ਉਲਟ ਰਿਪੋਰਟ ਕੀਤੀ ਸੀਗੀ ਸੋ ਐਸ ਟਾਈਮ ਮਾਰਟਿਨਸ ਉਸਨੇ ਆਪਣੇ ਆਪ ਨੂੰ ਸੈਕਰਮੈਂਟੋ ਕਾਉਂਟੀ ਜੇਲ੍ਹ ਦੇ ਵਿੱਚ ਆਤਮ ਸਮਰਪਨ ਟਰਨ ਇਨ ਕਰ ਦਿੱਤਾ ਸੀ ਤੇ 2 ਲੱਖ ਡਾਲਰ ਦੀ ਬੇਲ ਦੇ ਉੱਤੇ ਇਸ ਨੂੰ ਹੁਣ ਹਿਰਾਸਤ ਵਿੱਚ ਰੱਖਿਆ ਆ ਗਿਆ ਹੈਗਾ ਤੇ ਚਾਈਲਡ ਵਿਕਟਮ ਨੇ ਜਿਹੜਾ ਇਹ ਕਿਹਾ ਵੀ ਜਿਹੜਾ ਟੱਚਿੰਗ ਸੀਗੀ ਉਹ ਸੈਕਸ਼ੂਅਲ ਇਨ ਨੇਚਰ ਸੀ ਐਲਗਰੋ ਪੁਲਿਸ ਡਿਪਾਰਟਮੈਂਟ ਦੀ ਜਿਹੜੀ ਰਿਪੋਰਟ ਆ ਉਹ ਵੀ ਇਸੇ ਚੀਜ਼ ਨੂੰ ਦਰਸਾਉਂਦੀ ਆ ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ 3.7 ਬਿਲੀਅਨ ਡਾਲਰ ਜਿਹੜਾ ਆ ਸਪੈਂਟ ਜਿਹੜਾ ਖਰਚਿਆ ਗਿਆ ਹੈਗਾ ਤਾਂ ਕਿ ਵਾਈਲਡ ਫਾਇਰ ਜਿਹੜੀ ਆ ਉਹ ਘਟਾਈ ਜਾ ਸਕੇ ਇਹਦੇ ਨਾਲ ਜਿਹੜੇ ਇੰਸ਼ੋਰੈਂਸ ਕੰਪਨੀਆਂਜ਼ ਆ ਉਹ ਮੁੜ ਕੇ ਜਿਹੜੀਆਂ ਬਿਜ਼ਨਸ ਲੇਖ ਸਕਣ ਪਰ ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਏ ਵੀ ਕੋ ਬਾਲਾ ਜਿਹੜਾ ਸਾਡੇ ਤੇ ਫਰਕ ਨਹੀਂ ਪੈ ਰਿਹਾ ਇਹਦੇ ਸਵਾਨ ਦੇ ਵਿੱਚ ਸਟੇਟ ਸੈਨੀਟਰ ਜੋਸ਼ ਵੈਕਰ ਮੈਲਨੋ ਪਾਰਕ ਦੇ ਡੈਮੋਕ੍ਰੇਟ ਆ ਉਹ ਇੱਕ ਨਵਾਂ ਬਿਲ ਲੈ ਕੇ ਆ ਰਿਹਾ ਐਸ ਵੀ 1060 ਜਿਹਦੇ ਵਿੱਚ ਜੋ ਆ ਇਹ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਨੂੰ ਰੀਨਿਊਲ ਜਿਹੜੇ ਆ ਉਹ ਦੇਣੇ ਪੈਣਗੇ ਪਰ ਬਹੁਤ ਸਾਰੀਆਂ ਕੰਪਨੀਆਂ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਜੋ ਆ ਉਹ ਛੱਡ ਗਈਆਂ ਆ ਜਾਂ ਨਵਾਂ ਬਿਜ਼ਨਸ ਨਹੀਂ ਲਿਖ ਰਹੀਆਂ ਹੈਗੀਆਂ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਰਿਕੁਆਇਰ ਕਰਦਾ ਹੈਗਾ ਆ ਪਈ ਜਿਹੜੇ ਸਪੈਸੀਫਿਕ ਮਿਟੀਗੇਸ਼ਨ ਜਿੱਦਾਂ ਬਈ ਆਲੇ ਦੁਆਲੇ ਤੁਸੀਂ ਘਾਹ ਫੂਸ ਟ੍ਰੀ ਕੱਟ ਕੇ ਰੱਖੋ ਤੇ ਉਦਾਂ ਦੀਆਂ ਚੀਜ਼ਾਂ ਜਿਹੜੀਆਂ ਕੰਸੀਡਰ ਕਰਨੀਆਂ ਚਾਹੀਦੀਆਂ ਆ ਇੰਸ਼ੋਰੈਂਸ ਕੰਪਨੀਆਂ ਨੂੰ ਪਰ ਕੈਲੀਫੋਰਨੀਆ ਦੇ ਵਿੱਚ 20 ਵਿੱਚੋਂ 14 ਮੋਸਟ ਡਿਸਟ੍ਰਕਟਿਵ ਵਾਈਲਡਫਾਇਰ ਜਿਹੜੀਆਂ ਰੈਕર્ડ ਤੇ ਆ ਸਭ ਤੋਂ ਖਤਰਨਾਕ ਉਹ ਕੈਲੀਫੋਰਨੀਆ 'ਚ ਹੀ ਪਿਛਲੇ ਦਸਾਂ ਸਾਲਾਂ 'ਚ ਵਾਪਰੀਆਂ ਆ ਜਿਹਦੇ ਨਾਲ 45 ਬਿਲੀਅਨ ਡਾਲਰ ਦਾ ਇੰਸ਼ੋਰੈਂਸ ਇਨਫੋਰਮੇਸ਼ਨ ਇੰਸਟੀਚਿਊਟ ਵੱਲੋਂ ਦੱਸਿਆ ਗਿਆ ਹੈ ਇੰਸ਼ੋਰੈਂਸ ਕੰਪਨੀਆਂ ਨੂੰ ਲਾਸ ਹੋਇਆ ਹੈਗਾ ਆ ਰਿਕਾਡੋ ਲਾਰਾ ਜਿਹੜੇ ਇੰਸ਼ੋਰੈਂਸ ਕਮਿਸ਼ਨਰ ਆ ਉਹਨੇ ਪ੍ਰੋਮਿਸ ਤਾਂ ਕੀਤਾ ਆ ਵੀ ਓਵਰਹਾਲ ਕਰਨ ਜਾ ਰਹੇ ਆ ਐਂਡ ਆਫ ਦੀ ਯੀਅਰ ਤੱਕ ਪਰ ਹਜੇ ਕੁਝ ਵਾਪਰ ਨਹੀਂ ਰਿਹਾ ਤੇ ਬਹੁਤ ਸਾਰੇ ਲੋਕਾਂ ਕੋ ਕੋਈ ਚੁਆਇਸ ਨਹੀਂ ਉਹ ਕੈਲੀਫੋਰਨੀਆ ਫੇਅਰ ਪਲਾਨ ਕੋ ਜਾ ਰਹੇ ਆ ਜਿਹੜੀ ਦੇ ਵਿੱਚ ਜਿਆਦਾ ਕਵਰੇਜ ਵੀ ਨਹੀਂ ਲਾਇਬਿਲਟੀ ਵਗੈਰਾ ਵੀ ਨਹੀਂ ਥੈਫਟ ਵਗੈਰਾ ਵੀ ਨਹੀਂ ਹੈਗਾ ਪਰ ਜਿਹੜੇ ਰੇਟਸ ਆ ਉਹ ਬਹੁਤ ਜਾਦੇ 4 4 5 5000 ਡਾਲਰ ਕਈ ਘਰਾਂ ਦੀਆਂ ਇੰਸ਼ੋਰੈਂਸ ਦੇ ਰੇਟਸ ਹੈਗੇ ਆ ਸੋ ਆਲਟੀਮੇਟਲੀ ਕਹਿੰਦੇ ਵੀ ਕੀ ਹੋਣਾ ਇਹ ਜੇ ਇਹਦੇ ਤੇ ਹੈਂਡਲ ਨਾ ਕੀਤਾ ਗਿਆ ਕੈਲੀਫੋਰਨੀਆ ਦੀ ਸਰਕਾਰ ਵੱਲੋਂ ਤੇ ਰੀਅਲ ਏਸਟੇਟ ਮਾਰਕੀਟ ਵੀ ਬਹੁਤ ਸਾਰੇ ਏਰੀਆ ਚ ਕਲਾਪਸ ਹੋ ਸਕਦੀ ਹੈਗੀ ਆ ਜੀ ਇੱਕ ਸਾਹਿਬ ਦਾ ਯੂ ਐਸ ਮਰੀਨ ਨੂੰ ਸੈਂਟੈਂਸ ਸੁਣਾਇਆ ਗਿਆ ਹੈ ਸਜ਼ਾ ਸੁਣਾਈ ਗਈ ਹੈ 9 ਸਾਲ ਦੀ ਇਸ ਉੱਤੇ ਇਹ ਦੋਸ਼ ਸੀਗੇ ਵੀ ਇਸ ਨੇ ਇੱਕ ਸਦਰਨ ਕੈਲੀਫੋਰਨੀਆ ਦੇ ਪਲਾਨਡ ਪੇਰੈਂਟਹੁਡ ਕਲੀਨਿਕ ਦੇ ਵਿੱਚ 2022 ਦੇ ਵਿੱਚ ਜਿਹੜੀ ਹੈ ਫਾਇਰ ਬੌਮਿੰਗ ਕੀਤੀ ਸੀ ਚਾਂਸ ਬ੍ਰੈਨਨ 24 ਸਾਲਾਂ ਦਾ ਇਸ ਨੇ ਨਵੰਬਰ ਮਹੀਨੇ ਚ ਆਪਣੇ ਦੋਸ਼ ਕਬੂਲੇ ਸੀ ਚਾਰ ਫੈਲੋਨੀ ਕਾਉਂਟਸ ਦੇ ਵਿੱਚ ਤੇ ਨਾਲ ਦੇ ਨਾਲ ਮਲੇਸ਼ੀਅਸ ਡਿਸਟਰਕਸ਼ਨ ਆਫ ਪ੍ਰੋਪਰਟੀ ਬਾਈ ਫਾਇਰ ਐਂਡ ਐਕਸਪਲੋਸਿਵ ਦੇ ਚਾਰਜ ਵੀ ਜਿਹੜੇ ਇਸ ਨੇ ਕਬੂਲੇ ਸੀਗੇ ਸੈਨ ਵਾਨ ਕੈਸਪੀਟਰੀਨੋ ਦਾ ਰੈਡ ਵਾਲਾ ਕੈਲੀਫੋਰਨੀਆ ਦਾ ਬ੍ਰੈਨਨ ਇਸ ਨੇ ਕਹਿੰਦੇ ਵੀ ਮੰਨਿਆ ਵੀ ਉਸ ਨੇ ਪਲਾਨ ਬਣਾਏ ਸੀਗੇ ਵੀ ਜਿਹੜੇ ਦੂਸਰੇ ਇੱਕ ਹੋਰ ਪਲੈਨਟ ਪੈਰੈਂਟਹੁਡ ਕਲੀਨਿਕ ਆ ਉਸ ਉਤੇ ਵੀ ਹਮਲਾ ਕਰਨਾ ਆ ਤੇ ਨਾਲ ਦੇ ਨਾਲ ਇੱਕ ਐਲਜੀਬੀਟੀਕਿਊ ਨਾਈਟ ਪ੍ਰਾਈਡ ਜਿਹੜੀ ਸੈਲੀਬ੍ਰੇਸ਼ਨ ਹੋਣੀ ਸੀ ਡੋਜਰ ਸਟੇਡੀਅਮ ਦੇ ਵਿੱਚ ਉਥੇ ਵੀ ਉਸਨੇ ਹਮਲਾ ਕਰਨਾ ਜਿਹੜਾ ਉਹ ਸੀਗਾ ਐਕਟਿਵ ਡਿਊਟੀ ਮਰੀਨ ਸੀਗਾ ਇਹ ਬ੍ਰੈਨਨ ਕੈਂਪ ਜਿਹੜੀ ਪੈਂਡਲਟਨ ਉਥੇ ਸਟੇਸ਼ਨ ਸੀਗਾ ਤੇ ਕੋਸਟਾ ਮੈਸਾ ਦੇ ਵਿੱਚ 13 ਮਾਰਚ 2022 ਨੂੰ ਇਸਨੇ ਮੌਲਟਿਵ ਕਾਕਟੇਲ ਦੇ ਨਾਲ ਉਹ ਦੇ ਫਰੰਟ ਡੋਰ ਦੇ ਉੱਤੇ ਮੈਡੀਕਲ ਫੈਸਿਲਿਟੀ ਦੇ ਉੱਤੇ ਹਮਲਾ ਜਿਹੜਾ ਹੋ ਕੀਤਾ ਸੀ ਸੋ ਡਿਸਟ੍ਰਿਕਟ ਜੱਜ ਕਾਰਮਿਕ ਜੇ ਕਾਰਨੀ ਉਹਨਾਂ ਨੇ ਅੱਜ ਇਸ ਨੂੰ 7 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਆ ਜੂਨ 2023 ਤੋਂ ਇਹ ਪਹਿਲਾਂ ਹੀ ਫੈਡਰਲ ਕਸਟਡੀ ਦੇ ਵਿੱਚ ਰੱਖਿਆ ਗਿਆ ਸੀ ਇਸ ਤੋਂ ਇਲਾਵਾ ਇਸ ਦੇ ਨਾਲ ਜਿਹੜੇ ਹੋਰ ਸਾਥੀ ਤਿਬਤ ਅਰਗਲ ਤੇ ਹੈਵੀਅਰ ਬੈਟਨ ਉਹਨਾਂ ਨੇ ਵੀ ਜਿਹੜੇ ਕੁਝ ਜਿਹੜੇ ਚਾਰजेस ਉਹਨਾਂ ਉੱਤੇ ਲਾਏ ਸੀਗੇ ਉਹਨਾਂ ਨੂੰ ਕਬੂਲਿਆ ਹੈ ਤੇ ਉਹਨਾਂ ਨੂੰ ਹੁਣ ਜਿਹੜੀ ਸੈਂਟੈਂਸਿੰਗ ਆ ਮਈ ਮਹੀਨੇ ਚ ਹੋਵੇਗੀ ਤੇ ਜਦੋਂ ਜਦੋਂ ਇਕਨੋਮੀ ਦੀ ਵੀ ਗੱਲ ਕਰਦੇ ਜਾਈਏ ਤੇ ਕੈਲੀਫੋਰਨੀਆ ਦੁਨੀਆ ਦੀ ਪੰਜਵੀਂ ਲਾਰਜੈਸਟ ਇਕਨੋਮੀ ਰਿਹਾ ਹੈ ਸੰ 2023 ਦੇ ਵਿੱਚ ਵੀ ਟੋਟਲ ਜਿਹੜੀ ਆ 3.9 ਟ੍ਰਿਲੀਅਨ ਡਾਲਰ ਦੀ ਜੀਡੀਪੀ ਹੋਈ ਆ 2023 ਚ ਗਰੋਥ ਰੇਟ 6.1% ਹੋਇਆ ਆ ਸੋ ਜੋ ਓਵਰਆਲ ਦੇਖਿਆ ਜਾਵੇ ਯੂਨਾਈਟਿਡ ਸਟੇਟਸ ਜੋ ਆ ਬਾਏ ਦਾ ਲਾਰਜੈਸਟ ਇਕਨੋਮੀ ਵਰਲਡ ਦੇ ਵਿੱਚ ਆ ਜੀਡੀਪੀ ਦੇ ਜੋ 27 ਟ੍ਰਿਲੀਅਨ ਡਾਲਰ ਵੰਡੀ ਹੈਗੀ ਆ ਦੂਜੇ ਨੰਬਰ ਤੇ ਚਾਈਨਾ ਤੀਜੇ ਤੇ ਜਰਮਨੀ ਚੌਥੇ ਤੇ ਜਪਾਨ ਪੰਜਵੇਂ ਨੰਬਰ ਤੇ ਸਟੇਟ ਆਫ ਕੈਲੀਫੋਰਨੀਆ ਆ ਪੂਰੀ ਦੁਨੀਆ ਚ ਜੇ ਦੇਖਿਆ ਜਾਵੇ ਤੇ 6ਵੇਂ ਨੰਬਰ ਤੇ ਇੰਡੀਆ ਆ ਗਿਆ ਹੈ ਜੀ ਬਿਲਕੁਲ ਅੱਜ ਪਾਵਲ ਹੁਣਾ ਦੀ ਮੀਟਿੰਗ ਦੀ ਆਪਾਂ ਗੱਲ ਕੀਤੀ ਸੀ ਉਹਨਾਂ ਨੇ ਕਿਤੇ ਮੋਡਰੇਸ਼ਨ ਮੋਡਰੇਟਰ ਦੇ ਨਾਲ ਗੱਲਬਾਤ ਕਰਨੀ ਸੀ ਉਹਨਾਂ ਨੇ ਅੱਜ ਇਹੀ ਇਸ਼ਾਰਾ ਕੀਤਾ ਆ ਵੀ ਜਿਹੜੀਆਂ ਰੇਟ ਕੱਟਸ ਆ ਉਹ ਕੰਡੀਸ਼ਨਸ ਅਜੇ ਪੂਰੀਆਂ ਨਹੀਂ ਹੋ ਰਹੀਆਂ ਉਸ ਨੂੰ ਲੰਮਾ ਸਮਾਂ ਲੱਗ ਸਕਦਾ ਹੈ ਸਵੇਰੇ ਆਪਾਂ ਜ਼ਿਕਰ ਕੀਤਾ ਸੀ ਵੀ ਕਿਦਾਂ ਜਿਹੜੇ ਕੁਝ ਆਰਥਿਕ ਸਟ੍ਰੈਟਜਿਸਟ ਆ ਉਹ ਇਹ ਕਹਿ ਰਹੇ ਆ ਵੀ ਜੇ ਇਕਨੋਮੀ ਦੇ ਵਿੱਚ ਇੰਟਰਸਟ ਰੇਟਸ ਕੱਟ ਨਹੀਂ ਕੀਤੇ ਤਾਂ ਇਕਨੋਮੀ ਹੋਰ ਕਈ ਥਾਵਾਂ ਦੇ ਉੱਤੇ ਫੇਲ ਹੋ ਸਕਦੀ ਆ ਯਾਹੂ ਵਾਲੇ ਕਹਿ ਰਹੇ ਸੀਗੇ ਵੀ ਭਾਈ ਵੀ ਇਹ ਜਲਦੀ ਜਿਹੜਾ ਹੋ ਸਕਦਾ ਆ ਪਰ ਅੱਜ ਕਹਿ ਸਕਦੇ ਆ ਵੀ ਫੈਡ ਦੇ ਜਿਹੜੇ ਜੇਰੋਮ ਪਾਵਲ ਆ ਉਹਨਾਂ ਨੇ ਕਲੀਅਰਲੀ ਆਪਣੀ ਜ਼ੁਬਾਨੀ ਇਹ ਕਿਹਾ ਆ ਵੀ ਲੰਮਾ ਵਕਤ ਇਸ ਨੂੰ ਲੱਗ ਸਕਦਾ ਆ ਅਜੇ ਰੇਟ ਕੱਟਸ ਹੌਣ ਨੂੰ ਸੋ ਇਨਫਲੇਸ਼ਨ ਦੇ ਉੱਤੇ ਜੇ ਕਹਿੰਦੇ ਵੀ ਹੋਰ ਅਸੀਂ ਪ੍ਰੋਗਰੈਸ ਕਰਨਾ ਚਾਹੁੰਦੇ ਆ ਜਿਹੜੀ 3.5% ਤੇ ਆਏ ਇਹਨਾਂ ਦਾ ਟੀਚਾ ਆ 2% ਦੇ ਉੱਤੇ ਲਿਆਉਣ ਦਾ ਅਜੇ ਨਜ਼ਦੀਕੀ ਭਵਿੱਖ ਦੇ ਵਿੱਚ ਇਹ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਮਾਰਕੀਟਸ ਦੀ ਜੇ ਜਾਂਦੇ ਜਾਂਦੇ ਗੱਲ ਕਰਦੇ ਜਾਈਏ ਤਾਂ ਡਾਉ ਜੋਨ ਦੇ ਵਿੱਚ ਅੱਜ 64 ਪੁਆਇੰਟਾਂ ਦਾ ਵਾਧਾ ਹੋਇਆ 37799 ਤੇ ਬੰਦ ਹੋਇਆ ਐਸ ਐਨ ਪੀ 10 ਪੁਆਇੰਟ ਘਟ ਕੇ 5051 ਨੈਸਟੈਕ ਅ ਵੀ ਪੁਆਇੰਟ ਕੱਟ ਕੇ 15865 ਦੇ ਉੱਤੇ ਸੋਨੇ ਦਾ ਭਾਅ 2399 ਡਾਲਰ ਪ੍ਰਤੀ ਆਉਂਸ ਕੱਚੇ ਤੇਲ ਦੀ ਕੀਮਤ 85 ਡਾਲਰ ਪ੍ਰਤੀ ਬੈਰਲ 10 ਇਅਰ ਯੀਲਡ 4.67% ਬਿਟਕੋਇਨ 6419 ਤੇ ਥੀਰੀਅਮ 3091 ਯੂ ਐਸ ਡਾਲਰ ਦੇ ਬਰਾਬਰ ਚੱਲ ਰਿਹਾ ਹੈ 1 US ڈالر ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 60 ਪੈਸੇ ਰਹੇ ਆ 1 US ڈالر ਦੇ ਬਰਾਬਰ ਪਾਕਿਸਤਾਨ ਦੇ 270 ਰੁਪਏ ਤੇ 84 ਪੈਸੇ 1 US ڈالر ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 38 ਸੈਂਟ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਤੇ ਜਾਈਏ ਪੰਜਾਬੀ ਰੀਡੀ ਯੂਐਸਏ ਵੱਲੋਂ ਰੈਫਲ ਚੱਲ ਰਿਹਾ ਹੈ ਇਨਾਮ ਕੱਢੇ ਜਾਣੇ ਆ ਤੀਜੇ ਰਾਉਂਡ ਦੇ ਵਿੱਚ ਬੀਰਵਾਰ ਨੂੰ ਜਿਹੜੇ ਵੀ ਸਾਡੇ ਸਰੋਤੇ 1170 AM ਸੁਣ ਰਹੇ ਹੈਗੇ ਆ ਸਿਰਫ ਤੁਸੀਂ ਕਾਲ ਕਰਕੇ ਆਪਣਾ ਨਾਮ ਦੱਸਣਾ ਤੇ ਕਿਹੜੇ ਸ਼ਹਿਰ ਦੇ ਵਿੱਚ ਤੁਸੀਂ ਸੁਣ ਰਹੇ ਆ ਆ ਉਹ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ 408 272 5200 ਦੇ ਉੱਤੇ ਤੇ ਅੱਜ ਜਿਹੜੇ ਸ਼ਾਮਾਂ ਦੇ ਦੀਵਾਨ ਆ ਹੋਣ ਤੋਂ ਬਾਅਦ ਰੈਰਾ ਸਾਹਿਬ ਤੇ ਉਸ ਤੋਂ ਬਾਅਦ ਕੈਨੇਡਾ ਤੋਂ ਜਿੱਥੇ ਬਹੁਤ ਵੱਡਾ ਜਿਹੜਾ ਨਗਰ ਕੀਰਤਨ ਹੋਣ ਜਾ ਰਿਹਾ ਹੈ ਵੀਕੈਂਡ ਦੇ ਦੌਰਾਨ ਉੱਥੋਂ ਜਿਹੜੇ ਲਾਈਵ ਪ੍ਰੋਗਰਾਮ ਤੁਹਾਨੂੰ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਸੁਣਾਏ ਜਾਣਗੇ ਜੀ ਇਸੇ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ ਹੁਣ ਲੈਣੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਣੀ ਕੀ ਜਹੀ ਸਤ ਸ੍ਰੀ ਅਕਾਲ ਜਿਹਨਾਂ ਵਾਸਤੇ ਹਾਸੇ ਖੇលਦੇ ਰਹੇ ਸੁਣਦੇ ਰਹੇ ਦੇਖਦੇ ਰਹੇ ਪੰਜਾਬੀ ਰੇਡੀਓ ਯੂਐਸਏ